ਬਰਨਾਲਾ 'ਚ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਆਪਣੇ ਵਰਕਰਾਂ ਨਾਲ ਮਿਲ ਕੇ ਸਰਕਾਰ ਦੇ ਖਿਲਾਫ ਧਰਨਾ ਦਿੱਤਾ। ਵਿਧਾਇਕ ਮੀਤ ਹੇਅਰ ਨੇ ਬਰਨਾਲਾ ਦੇ ਬੱਸ ਸਟੈਂਡ ਦੇ ਬਾਹਰ ਸੜਕ ਜਾਮ ਕਰਕੇ ਧਰਨਾ ਲਗਾਇਆ ਤੇ ਐਲਾਨ ਕੀਤਾ ਕਿ ਜਦੋਂ ਤੱਕ ਸੜਕ ਦਾ ਕੰਮ ਸ਼ੁਰੂ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਧਰਨੇ ਤੇ ਬੈਠੇ ਰਹਿਣਗੇ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਸੜਕ ਦੇ ਦੋਨੋਂ ਤਰਫ ਤੇ ਲੰਬਾ ਜਾਮ ਲੱਗ ਗਿਆ ਤੇ ਆਮ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਸ ਸਟੈਂਡ ਦੇ ਅੱਗੇ ਧਰਨੇ ਦੇ ਕਾਰਨ ਬੱਸਾਂ ਵੀ ਬੱਸ ਸਟੈਂਡ ਦੇ ਅੰਦਰ ਖੜੀਆਂ ਰਹੀਆਂ ਤੇ ਅਜਿਹੇ 'ਚ ਸਵਾਰੀਆਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤੇ 2 ਸਾਲਾਂ ਤੋਂ ਹੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਰਹੇ ਹਾਂ, ਉਹਨਾਂ ਨੂੰ ਵਰਬਲੀ ਜਾ ਕੇ ਵੀ ਕਿਹਾ ਤੇ ਵਿਧਾਨ ਸਭਾ 'ਚ ਹੀ ਮੈਂ ਮੁੱਦਾ ਉਠਾਇਆ। ਆਈ ਵਾਰੀ ਸਾਨੂੰ ਆਸ਼ਵਾਸਨ ਮਿਲਦਾ ਹੈਗਾ ਤੇ ਜਦੋਂ ਆਹ ਸਰਕਾਰ ਨੇ ਜਿਹੜੀ ਵਿਜੀਲੈਂਸ ਮੋਨੀਟਰਿੰਗ ਕਮੇਟੀ ਦੀ ਮੀਟਿੰਗਾਂ ਸ਼ੁਰੂ ਕੀਤੀਆਂ ਨੇ, ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਤਰੀਆਂ ਦੀ ਡਿਊਟੀ ਲਾਈ ਵੀ ਤੁਸੀਂ ਸਾਰੇ ਜ਼ਿਲ੍ਹਾ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੋ ਤੇ ਹੱਲ ਕਰੋ। ਤੇ 3 ਮਹੀਨੇ ਪਹਿਲਾਂ ਜਦੋਂ ਮਾਣਯੋਗ ਮੰਤਰੀ ਸਰਕਾਰੀਆ ਸਾਹਿਬ ਵੀ ਇੱਥੇ ਮੀਟਿੰਗ ਕਰਨ ਆਏ ਸੀਗੇ ਤਾਂ ਉਦੋਂ ਵੀ ਇਹ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਉੱਥੇ ਚੱਕਿਆ, ਸਰਕਾਰ ਦੇ ਨੁਮਾਇੰਦੇ ਵੀ ਅੰਦਰ ਬੈਠਦੇ ਨੇਗੇ, ਉਦੋਂ ਵੀ ਮੈਂ ਮੁੱਦਾ ਇਹ ਚੱਕਿਆ। ਮੈਂ ਕਿਹਾ ਜੀ ਉੱਥੇ ਲੋਕਾਂ ਦੇ ਜਾ ਕੇ ਹਾਲਾਤ ਦੇਖੋ, ਲੋਕਾਂ ਦੇ ਕਾਰੋਬਾਰ ਬੰਦ ਹੋ ਗਏ, ਲੋਕਾਂ ਨੂੰ ਉੱਥੇ ਰਹਿਣ ਨੂੰ ਦਮੇ ਦੀਆਂ ਬਿਮਾਰੀਆਂ ਹੋ ਰਹੀਆਂ ਨੇ, 2 ਸਾਲਾਂ ਤੋਂ ਸੜਕ ਦਾ ਕੰਮ ਬੰਦ ਪਿਆ। ਤਾਂ ਉਦੋਂ ਇੱਥੇ ਪਰਮਿੰਦਰ ਸਿੰਘ ਜੀ ਉਹ ਹੁੰਦੇ ਸੀ ਤੇ ਉਹਨਾਂ ਨੂੰ ਮੰਤਰੀ ਸਾਹਿਬ ਨੇ ਕਿਹਾ ਕਿ ਮੈਨੂੰ ਹਫ਼ਤੇ ਦੇ ਵਿੱਚ ਇਹਦੀ ਰਿਪੋਰਟ ਬਣਾ ਕੇ ਪੇਸ਼ ਕਰੋ ਤੇ ਹਫ਼ਤੇ ਦੇ ਵਿੱਚ ਵੀ ਟੈਂਡਰ ਕਰਵਾਓ, ਅਗਲੀ ਵਾਰ ਜਦੋਂ ਮੈਂ ਮੀਟਿੰਗ 'ਤੇ ਆਵਾਂ ਸੜਕ ਚੱਲਣੀ ਚਾਹੀਦੀ ਹੈ। ਤੇ ਅੱਜ 3 ਮਹੀਨੇ ਦਾ ਸਮਾਂ ਲੰਘ ਗਿਆ, ਅਸੀਂ ਮੰਗ ਪੱਤਰ ਵੀ ਦੇ ਮੰਤਰੀ ਕੋਲ ਵੀ ਉਠਾਇਆ, ਹਜੇ ਤੱਕ ਜਦੋਂ ਇੰਟਰਨੈਸ਼ਨਲ ਨਗਰ ਕੀਰਤਨ ਇੱਥੇ ਆਉਣਾ ਸੀ ਸਾਡੇ ਜ਼ਿਲ੍ਹੇ ਲਈ ਸਾਡੀ ਸਰਕਾਰ ਦੀ ਬੜੀ ਸ਼ਰਮਿੰਦਗੀ ਦੀ ਗੱਲ ਹੈ ਕਿ ਉਦੋਂ ਵੀ ਅਸੀਂ ਰੇਤੇ ਦੀਆਂ ਟਰਾਲੀਆਂ ਸਿੱਟ ਕੇ ਉੱਥੋਂ ਲਿਆਏ, ਉਦੋਂ ਤੱਕ ਵੀ ਸੜਕ ਅਸੀਂ ਪੂਰੀ ਨਹੀਂ ਕਰ ਸਕੇ। ਸੋ ਬੜੀ ਸਾਨੂੰ ਇਹ ਅੱਕ ਕੇ ਲੋਕਾਂ ਦੇ ਹੱਕ ਵਿੱਚ, ਕਿਉਂਕਿ ਅਸੀਂ ਸਾਰਾ ਦਿਨ ਜਦੋਂ ਕਿਤੇ ਜਾ ਕੇ ਸੜਕਾਂ ਚੈੱਕ ਕਰਦੇ ਹਾਂ, ਕਿਤੇ ਗਲੀਆਂ ਚੈੱਕ ਕਰਦੇ ਹਾਂ, ਕਿਤੇ ਜਾ ਕੇ ਆਵਾਜ਼ ਉਠਾਉਂਦੇ ਹਾਂ, ਤਾਂ ਲੋਕ ਮੈਨੂੰ ਕਹਿੰਦੇ ਸੀ ਜੀ ਤੁਸੀਂ ਇਹਦੀ ਗੱਲ ਨਹੀਂ ਕਰਦੇ। ਅਸੀਂ ਇੱਥੋਂ ਦੇ ਲੋਕਾਂ ਨੂੰ ਲੈ ਕੇ ਕੀਤੀਆਂ, ਪਰ ਅੱਜ ਮਜਬੂਰ ਨਾ ਅਸੀਂ ਕੋਈ ਨਾ ਰਾਹਗੀਰਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਸੀ, ਨਾ ਟਰਾਂਸਪੋਰਟਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਸੀ, ਪਰ ਸਾਨੂੰ ਮਜਬੂਰਨ ਇੱਥੇ ਧਰਨਾ ਲਾਉਣਾ ਪਿਆ। ਕਿਉਂਕਿ ਸਰਕਾਰ ਜਦੋਂ ਗੱਲ ਕਰਦੇ ਹਾਂ, ਜਦੋਂ ਗੱਲ ਡੀ ਸਾਹਿਬ ਨਾਲ ਕਰਦੇ ਉਹਨਾਂ ਨੂੰ ਕਹਿੰਦੇ ਜੀ ਟੈਂਡਰ ਹੋਣ ਵਾਲਾ, ਲੱਗ ਨਹੀਂ ਰਿਹਾ। ਪਰ ਅੱਜ ਅਸੀਂ ਜਿੰਨਾ ਟਾਈਮ ਸਾਨੂੰ 1 ਤਰੀਕ ਨਹੀਂ ਦਿੰਦੇ, 10 ਦਿਨ ਦੀ ਦੇ ਦੇਣ, 15 ਦਿਨ ਦੇ ਦੇਣ, 19 ਤਰੀਕ ਨੂੰ ਕੰਮ ਸ਼ੁਰੂ ਕਰਨਾਗੇ, ਉਹਨਾਂ ਟਾਈਮ ਅੱਜ ਅਸੀਂ ਥੋੜ੍ਹ ਦੇਣੀ। ਬਰਨਾਲਾ ਤੋਂ ਹਿਮਾਂਸ਼ੂ ਦੁਆ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।